ਹਾਂਜੀ ਦੋਸਤੋ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ। ਵੀਰੇ, ਜਿਵੇਂ ਤੁਹਾਨੂੰ ਪਤਾ ਹੀ, ਆਪਾਂ 10ਵੀਂ 12ਵੀਂ ਦੇ ਸੰਬੰਧਿਤ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ। ਅਤੇ ਦੋਸਤੋ, ਇੱਕ ਵੱਡੀ ਅਪਡੇਟ ਆ ਰਹੀ ਹੈ ਤੁਹਾਡੇ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਦੇ ਫਾਰਮ ਬਾਰੇ। ਅਤੇ ਦੋਸਤੋ, ਮੈਂ ਬੋਰਡ ਦੇ ਅਧਿਕਾਰੀ ਨਾਲ ਗੱਲ ਕੀਤੀ ਆ, ਉਹਨਾਂ ਤੋਂ ਪੁੱਛਿਆ, ਸਰ ਮੈਂ ਜਿਹੜਾ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਦਾ ਫਾਰਮ ਕਦੋਂ ਆਉਣਾ। ਉਹਨਾਂ ਨੇ ਮੈਨੂੰ ਪੱਕੀ ਦਿਨ ਦੱਸਿਆ ਵਾ, ਪੱਕੇ ਦਿਨ ਦੱਸੇ ਨੇ ਕਿ ਇਸ ਤਰੀਕ ਨੂੰ ਸੰਭਾਵਨਾ ਹੈਗੀ ਆ ਕਿ ਆ ਜੂੰਗੇ, ਮਤਲਬ ਪੱਕਾ ਹੀ ਨੇ ਇੱਕ ਤਰ੍ਹਾਂ ਤੋਂ, ਕਿਉਂਕਿ ਅਗਲੇ ਹਫ਼ਤੇ ਤੱਕ ਤਾਂ ਤੁਹਾਡੇ ਜਿਹੜੇ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਦੇ ਫਾਰਮ ਆ ਜਾਣੇ ਆ ਦੋਸਤੋ। ਅਤੇ ਦੋਸਤੋ, ਬੋਰਡ ਦੇ ਅਧਿਕਾਰੀ ਨੇ ਮੈਨੂੰ ਕੀ ਕਿਹਾ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਰਿਕਾਰਡਿੰਗ ਸੁਣਾ ਦੇਣਾ, ਉਸ ਤੋਂ ਬਾਅਦ ਆਪਾਂ ਉਹ ਰਿਕਾਰਡਿੰਗ ਨੂੰ ਸੁਣ ਲੈਂਦੇ ਹਾਂ ਪਹਿਲਾਂ, ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਦੋਸਤੋ। ਦੋਸਤੋ, ਹਾਂ, ਕੰਪਾਰਟਮੈਂਟ ਅਤੇ ਇੰਪਰੂਵਮੈਂਟ ਦੇ ਫਾਰਮ ਬਾਰੇ ਰਿਕਾਰਡਿੰਗ ਸੁਣਿਓ, ਬੋਰਡ ਦੇ ਅਧਿਕਾਰੀ ਨੇ ਕੀ ਕਿਹਾ, ਕਦੋਂ ਆਉਣਗੇ ਦੋਸਤੋ। ਹੈਲੋ ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ ਜੀ। ਉਹ ਸਰ ਜੀ, ਉਹ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਦੇ ਫਾਰਮ ਕਦੋਂ ਆਉਣਗੇ? ਕੰਪਾਰਟਮੈਂਟ ਦੇ ਸੋਮਵਾਰ ਮੰਗਲਵਾਰ ਤੱਕ ਆਉਣ ਦੀ ਸੰਭਾਵਨਾ ਹੈ ਬਾਈ। ਅੱਛਾ ਜੀ, ਨਾਲ ਹੀ ਨਾਲ ਇੰਪਰੂਵਮੈਂਟ ਤੇ ਵੀ ਆ ਜਾਣਗੇ ਨਾ ਸਰ? ਹਾਂ, ਇੰਪਰੂਵਮੈਂਟ, ਕੰਪਾਰਟਮੈਂਟ, ਐਡੀਸ਼ਨਲ ਸਭ ਆਉਣਗੇ ਤਿੰਨੋਂ। ਅੱਛਾ ਜੀ, ਮੰਗਲਵਾਰ ਨੂੰ, ਅਗਲੇ ਹਫ਼ਤੇ ਮਤਲਬ? ਸੋਮਵਾਰ ਮੰਗਲਵਾਰ ਤੱਕ। ਸੋਮਵਾਰ ਮੰਗਲਵਾਰ, ਠੀਕ ਹੈ ਸਰ ਜੀ, ਥੈਂਕ ਯੂ ਸਰ। ਹਾਂਜੀ ਦੋਸਤੋ, ਜਿਵੇਂ ਤੁਸੀਂ ਸੁਣਿਆ, ਮੈਂ ਬੋਰਡ ਦੇ ਅਧਿਕਾਰੀ ਤੋਂ ਪੁੱਛਿਆ, ਸਰ ਜਿਹੜਾ ਕੰਪਾਰਟਮੈਂਟ ਤੇ ਇੰਪਰੂਵਮੈਂਟ ਦਾ ਫਾਰਮ ਕਦੋਂ ਆਉਣਾ। ਸਰ ਨੇ ਕੀ ਕਿਹਾ? ਸਰ ਨੇ ਕਿਹਾ ਕਿ ਮੰਗਲਵਾਰ ਜਾਂ ਸੋਮਵਾਰ ਦੇ ਅੰਦਰ ਅੰਦਰ ਤੁਹਾਡਾ ਜਿਹੜਾ ਕੰਪਾਰਟਮੈਂਟ ਤੇ ਇੰਪਰੂਵਮੈਂਟ ਦੇ ਫਾਰਮ ਆਉਣ ਦੀ ਸੰਭਾਵਨਾ ਹੈਗੀ ਆ। ਯਾਨੀ ਕਿ ਮੈਨੂੰ ਲੱਗਦਾ ਦੋਸਤੋ, ਹੁਣ ਜਿਹੜਾ ਅਗਲੇ ਹਫ਼ਤੇ ਤੁਹਾਡਾ ਪੱਕਾ ਇੰਪਰੂਵਮੈਂਟ ਤੇ ਕੰਪਾਰਟਮੈਂਟ ਦਾ ਫਾਰਮ ਆ ਜਾਣਾ, ਮੰਗਲਵਾਰ ਜਾਂ ਸੋਮਵਾਰ ਨੂੰ ਆ ਜਾਣਾ, ਕਿਉਂਕਿ ਬੋਰਡ ਦੇ ਅਧਿਕਾਰੀ ਨੇ ਗੱਲ ਕਹੀ ਆ, ਕੋਈ ਨਾ ਕੋਈ ਦਿਨ ਦੇ ਵਿੱਚ ਮਤਲਬ ਆਹੀ ਜਾਣਾ ਤੁਹਾਡਾ ਕੰਪਾਰਟਮੈਂਟ ਤੇ ਇੰਪਰੂਵਮੈਂਟ ਦਾ ਫਾਰਮ। ਤੇ ਦੋਸਤੋ, ਇਹ ਗੱਲ ਬੋਰਡ ਦੇ ਅਧਿਕਾਰੀ ਨੇ ਕਹੀ ਆ, ਤੁਸੀਂ ਸੁਣ ਸਕਦੇ ਹੋ ਦੁਬਾਰਾ। ਮੈਂ ਕਾਲ ਦੀ ਜਿਹੜੀ ਰਿਕਾਰਡਿੰਗ ਆਈ ਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾ ਦਿੰਦਾ, ਤੁਸੀਂ ਸੁਣ ਸਕਦੇ ਹੋ। ਤੇ ਦੋਸਤੋ, ਹੁਣ ਮਤਲਬ ਥੋੜ੍ਹੇ ਹੀ ਟਾਈਮ ਰਹਿ ਗਿਆ, ਹੁਣ ਕੰਪਾਰਟਮੈਂਟ ਦੇ ਇੰਪਰੂਵਮੈਂਟ ਦੇ ਫਾਰਮ ਆ ਜਾਣਗੇ, ਤੇ ਤੁਸੀਂ ਕੰਪਾਰਟਮੈਂਟ ਦੇ ਇੰਪਰੂਵਮੈਂਟ ਦੇ ਫਾਰਮ ਭਰ ਦਿਓ। ਤੇ ਦੋਸਤੋ, ਉਹ ਵੀ ਹਜੇ ਕੰਪਾਰਟਮੈਂਟ ਦੇ ਇੰਪਰੂਵਮੈਂਟ ਦਾ ਫਾਰਮ ਨਾ ਭਰੇ ਹੋ, ਜਿਨ੍ਹਾਂ ਨੇ ਰੀਚੈਕਿੰਗ ਤੇ ਰੀਵੈਲਿਊਸ਼ਨ ਭਰਿਆ ਸੀਗਾ ਕੰਪਾਰਟਮੈਂਟ ਪੇਪਰਾਂ ਦਾ, ਜਿਹੜੇ ਤੁਹਾਡੇ ਜੁਲਾਈ ਦੇ ਵਿੱਚ ਹੋਏ ਸੀਗੇ, ਤੁਸੀਂ ਰੀਚੈਕਿੰਗ ਤੇ ਰੀਵੈਲਿਊਸ਼ਨ ਦੇ ਜਿਹੜੇ ਰਿਜ਼ਲਟ ਹਜੇ ਵੇਟ ਕਰਿਓ, ਕਿਉਂਕਿ ਉਹ ਵੀ ਆਉਣ ਵਾਲੇ ਹੀ ਨੇ ਅਗਲੇ ਹਫ਼ਤੇ ਤੱਕ, ਉਹ ਵੀ ਤੁਹਾਡੇ ਮਤਲਬ ਆ ਜਾਣੇ ਆ। ਜਾਂ ਹੋ ਸਕਦਾ ਦੋਸਤੋ, ਇਹ ਦੋ ਜਿਹੜਾ ਆਹ ਕੱਲ੍ਹ ਵੀ ਆ, ਕੱਲ੍ਹ ਤਾਂ ਮੈਨੂੰ ਨਹੀਂ ਲੱਗਦਾ ਦੋਸਤੋ, ਅੱਜ ਜੇਕਰ ਨਹੀਂ ਆਇਆ ਰਿਜ਼ਲਟ, ਸ਼ੁੱਕਰਵਾਰ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਅੱਜ ਜੇ ਨਹੀਂ ਆਇਆ ਤਾਂ ਫਿਰ ਅਗਲੇ ਹਫ਼ਤੇ ਹੀ ਤੁਹਾਡਾ ਰੀਚੈਕਿੰਗ ਦਾ ਵੀ ਰਿਜ਼ਲਟ ਆਊਗਾ ਅਤੇ ਰੀਵੈਲਿਊਸ਼ਨ ਦਾ ਵੀ। ਦੋਸਤੋ, ਉਹ ਰਿਜ਼ਲਟ ਨੂੰ ਦੇਖ ਕੇ ਹੀ ਤੁਸੀਂ ਆਪਣਾ ਕੰਪਾਰਟਮੈਂਟ ਅਤੇ ਕੰਪਾਰਟਮੈਂਟ ਦਾ ਪੇਪਰ ਭਰਿਓ ਦੋਸਤੋ, ਤਾਂ ਹੀ ਤੁਸੀਂ ਮਤਲਬ ਤੁਹਾਡੇ ਮਤਲਬ ਵੇਸਟੇਜ ਨਹੀਂ ਹੋਊਗੀ, ਕਿਉਂਕਿ ਜੇਕਰ ਤੁਸੀਂ ਕੰਪਾਰਟਮੈਂਟ ਦਾ ਫਾਰਮ ਭਰਤਾ ਅਤੇ ਤੁਹਾਡੇ ਇੱਥੇ ਵੀ ਪੈਸੇ ਲੱਗਣਗੇ, ਅਤੇ ਤੁਸੀਂ ਰੀਚੈਕਿੰਗ ਦਾ ਵੀ ਫਾਰਮ ਭਰਿਆ ਹੋਇਆ ਸੀਗਾ ਰੀਵੈਲਿਊਸ਼ਨ ਦਾ ਵੀ, ਅਤੇ ਤੁਹਾਡੇ ਰੀਚੈਕਿੰਗ ਅਤੇ ਰੀਵੈਲਿਊਸ਼ਨ ਦੇ ਵਿੱਚ ਨੰਬਰ ਵੱਧ ਗਏ, ਤਾਂ ਫਿਰ ਤੁਹਾਨੂੰ ਕੰਪਾਰਟਮੈਂਟ ਪੇਪਰਾਂ ਦੇਣ ਦੀ ਲੋੜ ਹੈ ਹੀ ਨਹੀਂ ਦੋਸਤੋ। ਅਤੇ ਦੋਸਤੋ, ਬਸ ਮੈਂ ਤੁਹਾਨੂੰ ਆਹੀ ਦੱਸਣਾ ਸੀ, ਮੰਡੇ ਅਤੇ ਟਿਊਜ਼ਡੇ ਤੱਕ ਵੇਟ ਕਰੋ, ਉਸ ਦਿਨ ਤੁਹਾਡੇ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਦੇ ਫਾਰਮ ਵੀ ਆ ਜਾਣੇ ਆ, ਅਤੇ ਨਾਲ ਹੀ ਨਾਲ ਤੁਹਾਡੇ ਰੀਚੈਕਿੰਗ ਅਤੇ ਰੀਵੈਲਿਊਸ਼ਨ ਦੇ ਰਿਜ਼ਲਟ ਵੀ ਆ ਜਾਣੇ ਆ ਦੋਸਤੋ। ਅਤੇ ਦੋਸਤੋ, ਬਸ ਮੈਂ ਤੁਹਾਨੂੰ ਆਹੀ